ਦੋਸਤ ਮਨੂਵੜ ਇਸ ਵੀਡੀਓ ਵਿੱਚ ਸਭ ਇੰਸਪੈਕਟਰ ਦੇ ਐਗਜ਼ਾਮ ਲਈ ਜਿਹੜੇ ਵੀ ਡਿਜੀਟਲ ਲਿਟਰੇਸੀ ਐਂਡ ਕੰਪਿਊਟਰ ਅਵੇਅਰਨੈਸ ਦੇ ਕੁਐਸਚਨ ਨੇ ਆਲ ਟੌਪਿਕ ਕਵਰਡ ਠੀਕ ਹੈ ਜੇ ਤੁਸੀਂ ਇਹ ਪੀਡੀਐਫ ਫਾਈਲ ਬਾਇ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਦਾ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਫਟਾਫਟ ਕਰਨਗੇ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਤੇ ਰਾਈਟ ਡਾਊਨ ਜ਼ਰੂਰ ਕਰਨੇ રાઈટ ડાઉન મેં کیوں کہنا અભી રાઈટ ડાઉન કરને ને ક્યોકી اس ਨਾਲ કે એકતા આપા ਜਦੋਂ ਹੁਣ ਵੀਡੀਓ ਦੇਖ ਰਹੇ ਆ ਉਦੋਂ ਆਪਣੇ ਮਾਈਂਡ ਵਿੱਚ ਜਿਹੜਾ ਵੀ ਕੁਐਸਚਨ ਹੋ ਉਸ ਦਾ ਆਨਸਰ ਸੈੱਟ ਹੋ ਜਾਂਦਾ ਉਸ ਤੋਂ ਇਲਾਵਾ ਜਦੋਂ ਆਪਾਂ ਲਿਖਦੇ ਆ ਤਾਂ ਡਬਲ ਵਰੀਜ਼ ਦੀ ਤਿਆਰੀ ਹੋ ਜਾਂਦੀ ਓਕੇ ਚਲੋ ਬਾਕੀ ਫालतू ਦੀ ਗੱਲਾਂ ਬਾਅਦ ਚ ਆਪਾਂ ਕਰਦੇ ਹੀ ਰਹਨੇ ਆ ਹੁਣ ਆਪਾਂ ਸਟਾਰਟ ਕਰ ਰਹੇ ਆ ਕੁਐਸਚਨ ਨੰਬਰ 1 ਦੀ ਗੱਲ ਕਰੀਏ ਈਮੇਲ ਦਾ ਪੂਰਾ ਨਾਮ ਕੀ ਹੈ ਤਾਂ ਈਮੇਲ ਦਾ ਪੂਰਾ ਨਾਮ ਕੀ ਹੈ ਦੋਸਤੋ ਇਲੈਕਟ੍ਰਿਕ ਮੇਲ ਈਮੇਲ ਨੂੰ ਕਿਹਾ ਜਾਂਦਾ ਠੀਕ ਹੈ ਇਸ ਤੋਂ ਬਾਅਦ ਕਵੈਸਚਨ ਨੰਬਰ 2 ਦੀ ਗੱਲ ਕਰੀਏ ਕੌਣ ਈਮੇਲ ਦਾ ਖੋਜ ਕਰਤਾ ਵਜੋਂ ਸੈਰਾ ਜਾਂਦਾ ਹੈ ਮਤਲਬ ਕਿ ਫਾਊਂਡਰ ਕੌਣ ਹੈ ਈਮੇਲ ਦਾ ਰੇ ਟੋਮਲਸਨ ਹੈ ਓਕੇ ਇਸ ਤੋਂ ਬਾਅਦ ਕਵੈਸਚਨ ਨੰਬਰ 3 ਦੀ ਗੱਲ ਕਰੀਏ ਈਮੇਲ ਦੀ ਖੋਜ ਕਿਸ ਸਾਲ ਵਿੱਚ ਹੋਈ ਸੀ 1971 ਵਿੱਚ ਈਮੇਲ ਦੀ ਖੋਜ ਹੋਈ ਸੀ ਠੀਕ ਹੈ ਕਵੈਸਚਨ ਨੰਬਰ 4 ਦੀ ਗੱਲ ਕਰੀਏ ਈਮੇਲ ਭੇਜਣ ਲਈ ਉਪਭੋਗਤਾ ਦੇ ਨਾਮ ਨੂੰ ਮੰਜ਼ਿਲ ਸਰਵਰ ਤੇ ਟੌਪ ਸਰਵਰ ਨਾਲ ਜੋੜਨ ਲਈ ਕਿਹੜਾ ਚਿੰਨ ਵਰਤੇ ਜਾਂਦਾ ਸਭ ਨੂੰ ਪਤਾ ਐਟ ਦੀ ਰੇਟ ਯੂਜ਼ ਹੁੰਦੀ ਹੈ ਇਸ ਤੋਂ ਬਾਅਦ ਕਵੈਸਚਨ ਨੰਬਰ 5 ਦੀ ਗੱਲ ਕਰੀਏ ਹੇਠ ਲਿਖਿਆਂ ਵਿੱਚੋਂ ਕਿਹੜਾ ਈਮੇਲ ਸਹੀ ਫਾਰਮੈਟ ਵਿੱਚ ਹੈ ਦੇਖੋ ਚਾਰ ਫਾਰਮੈਟ ਦਿੱਤੇ ਹੋਏ ਆ ਸਹੀ ਫਾਰਮੈਟ ਕਿਹੜਾ ਹੈ অপਸ਼ਨ ਨੰਬਰ 2 ਤੇ ਜਿਹੜਾ ਪਹਿਲਾਂ ਨੇਮ ਹੁੰਦਾ ਉਸ ਤੋਂ ਬਾਅਦ ਦੀ ਰੇਟ ਹੁੰਦਾ ਫਿਰ ਜਿਹੜੀ ਵੀ ਵੈਬਸਾਈਟ ਹੈ ਉਸ ਤੋਂ ਬਾਅਦ ਡਾਟ ਹੁੰਦਾ ਫਿਰ .com ਵੀ ਆ ਜਾਂਦਾ .in ਵੀ ਆ ਜਾਂਦਾ ਤੇ info ਵੀ ਆ ਜਾਂਦਾ ਠੀਕ ਹੈ ਯਾਦ ਰੱਖਿਓ ਇਹ ਅਗਲਾ ਕਵੈਸਚਨ ਨੰਬਰ 6 ਦੀ ਗੱਲ ਕਰੀਏ ਕਿਹੜਾ ਖੇਤਰ ਵਰਤਿਆ ਜਾਂਦਾ ਜਿੱਥੇ ਈਮੇਲ ਪ੍ਰਾਪਤ ਕਰਨ ਲਈ ਕਰਨ ਵਾਲੇ ਵਿਅਕਤੀ ਦਾ ਈਮੇਲ ਪਤਾ ਰੱਖਿਆ ਜਾਂਦਾ ਜਦੋਂ ਟੂ ਹੁੰਦੇ ਆ ਟੂ ਟੂ ਵਿੱਚ ਆਪਾਂ ਜਿਸ ਨੂੰ ਆਪਾਂ ਸੈਂਡ ਕਰਨਾ ਹੈ ਉਥੇ ਉਸ ਦਾ ਈਮੇਲ ਐਡਰੈਸ ਭਰ ਦਿਆਂ ਫੇਰ ਹੀ ਆਪਾਂ ਈਮੇਲ ਸੈਂਡ ਕਰਦੇ ਆ ਨਾ ਤਾਂ ਟੂ ਦੇ ਖੇਤਰ ਵਿੱਚ ਜਿਹੜਾ ਪ੍ਰਾਪਤ ਕਰਨੇ ਵਾਲਾ ਉਸ ਦਾ ਐਡਰੈਸ ਰੱਖਿਆ ਜਾਂਦਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਕਿਹੜੇ ਖੇਤਰ ਵਿੱਚ ਈਮੇਲ ਭੇਜਣ ਵਾਲੇ ਦਾ ਪਤਾ ਸ਼ਾਮਿਲ ਹੁੰਦਾ ਹੈ ਤਾਂ ਫ੍ਰੋਮ ਵਿੱਚ ਹੁੰਦਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ ਜੇ ਈਮੇਲ ਨੂੰ ਵਧੇਰੇ ਭੇਜਿਆ ਜਾਂਦਾ ਹੈ ਤਾਂ ਇੱਕ ਵਿਅਕਤੀ ਦੁਆਰਾ ਈਮੇਲ ਪਤਾ ਇੱਕ ਡੈਸ਼ ਦੁਆਰਾ ਵੱਖਰਾ ਦਿੱਤਾ ਜਾਂਦਾ ਤਾਂ ਕੋਮਾ ਲਗਾ ਕੇ ਆਪਾਂ ਅਲੱਗ ਕਰ ਦਿੰਨੇ ਆ ਫਿਰ ਆਪਾਂ ਜਿਆਦਾ ਜਣਿਆਂ ਨੂੰ ਈਮੇਲ ਭੇਜ ਸਕਦੇ ਆ ਓਕੇ ਕੁਐਸਚਨ ਨੰਬਰ 9 ਦੀ ਗੱਲ ਕਰੀਏ ਭਾਰਤ ਤੋਂ ਖੋਜੀ ਦਾ ਨਾਮ ਜਿਸ ਨੇ ਈਮੇਲ ਵਿੱਚ ਯੋਗਦਾਨ ਪਾਇਆ ਮਤਲਬ ਭਾਰਤ ਦਾ ਕਿਹੜਾ ਬੰਦਾ ਜਿਸ ਨੇ ਈਮੇਲ ਬਣਾਉਣ ਵਿੱਚ ਯੋਗਦਾਨ ਦਿੱਤਾ ਆ ਸ਼ਿਵਾ ਅਯੁਦ੍ਰਿਆ ਇਹ ਉਹ ਆਪਣਾ ਉਧਰ ਚੇਨਈ ਦਾ ਰਹਿਣ ਵਾਲਾ ਹੈ ਠੀਕ ਹੈ ਇਹ ਵੀ ਆਦਰ ਕਿਉਂ ਕਈ ਵਾਰ ਪੁੱਛ ਲਿਆ ਜਾਂਦਾ ਕਵੈਸਚਨ ਨੰਬਰ 10 ਦੀ ਗੱਲ ਕਰੀ ਐਟ ਦੀ ਰੇਟ ਦੀ ਖੋਜ ਕਿਸ ਸਾਲ ਵਿੱਚ ਹੋਈ ਸੀ 1 ਸਾਲ ਬਾਅਦ ਹੋ ਗਈ ਸੀ 1932 ਵਿੱਚ 1931 ਵਿੱਚ ਈਮੇਲ ਖੋਜਿਆ ਗਿਆ 1932 ਵਿੱਚ ਐਟ ਦੀ ਰੇਟ ਖੋਜਿਆ ਗਿਆ ਠੀਕ ਹੈ ਕਿਹਦੇ ਦੁਆਰਾ ਖੋਜਿਆ ਰੇਟ ਟੋ ਮੈਂਸ਼ਨ ਯਾਦ ਰੱਖਿਓ ਇਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋਇਆ ਇਹ ਕੁਐਸਚਨ ਕਵੈਸਚਨ ਨੰਬਰ 11 ਦੀ ਗੱਲ ਕਰੀ ਈਮੇਲ ਵਿੱਚ ਸੀਸੀ ਦਾ ਪੂਰਾ ਰੂਪ ਕੀ ਹੈ ਕਾਰਬਨ ਕਾਪੀ ਸੀਸੀ ਦੀ ਫੁੱਲ ਫਾਰਮ ਹੈ ਕੁਐਸਚਨ ਨੰਬਰ 12 ਦੀ ਗੱਲ ਕਰੀ ਈਮੇਲ ਵਿੱਚ ਬੀਸੀਸੀ ਦਾ ਪੂਰਾ ਨਾਮ ਕੀ ਹੈ ਤਾਂ ਬਲਾਈਂਡ ਕਾਰਬਨ ਕਾਪੀ ਬੀਸੀਸੀ ਦਾ ਪੂਰਾ ਨਾਮ ਹੈ ਪਿਛਲੀ ਵਾਰ ਜੋ ਸਬ ਇੰਸਪੈਕਟਰ ਦਾ ਇਗਜ਼ਾਮ ਹੋਇਆ ਸੀ 2021 ਵਿੱਚ ਇਹ ਕੁਐਸਚਨ ਆਇਆ ਸੀ ਤਾਂ ਕਰਕੇ ਨੋਟ ਕਰ ਲਓ ਓਕੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਈਮੇਲ ਵਿੱਚ ਇੱਕ ਵਿਸ਼ੇਸ਼ਤਾ ਹੈ ਜਿਸ ਨਾਲ ਸਾਨੂੰ ਲੋੜ ਨਹੀਂ ਟਾਈਪ ਕਰਨ ਦੀ ਆਟੋਮੈਟਿਕਲੀ ਸੇਵ ਹੋ ਜਾਂਦਾ ਠੀਕ ਹੈ ਆਟੋਮੈਟਿਕਲੀ ਸੇਵ ਹੁੰਦਾ ਕੀ ਫਾਰਮ ਹੁੰਦਾ ਡੇਟ ਤੇ ਟਾਈਮ ਇਹ ਆਟੋਮੈਟਿਕਲੀ ਈਮੇਲ ਵਿੱਚ ਸ਼ੋ ਹੋ ਹੁੰਦਾ ਰਹਿੰਦਾ ਠੀਕ ਹੈ ਕੁਐਸਚਨ ਨੰਬਰ 14 ਦੀ ਗੱਲ ਕਰੀਏ ਫਰਸਟ ਈਮੇਲ ਸਰਵਿਸ ਦਾ ਨਾਮ ਕੀ ਸੀ ਠੀਕ ਹੈ ਹੋਟਮੇਲ ਸੀ ਸਭ ਤੋਂ ਪਹਿਲਾਂ ਹੋਟਮੇਲ ਆਇਆ ਸੀ ਫਿਰ ਈਮੇਲ ਆਈ ਹੈ ਠੀਕ ਕਵੈਸਚਨ ਨੰਬਰ 15 ਦੀ ਗੱਲ ਕਰੀਏ ਈਮੇਲ ਦੀ ਖੋਜ ਕਿਸ ਨੇ ਕੀਤੀ ਸੀ? ਸ਼ਬੀਰ ਪਾਟਿਆ ਇੰਡੀਆ ਦਾ ਸੀ ਇਹ ਜਿਹਨੇ ਈਮੇਲ ਦੀ ਖੋਜ ਕੀਤੀ ਸੀ। ਕਵੈਸਚਨ ਨੰਬਰ 16 ਦੀ ਗੱਲ ਕਰੀਏ ਈਮੇਲ ਤੋਂ ਬਾਅਦ ਕਿਸ ਵਿੱਚ ਤਬਦੀਲ ਹੋ ਗਿਆ? ਈਮੇਲ ਉਸ ਤੋਂ ਬਾਅਦ ਐਮ ਐਸ ਆਫਿਸ ਵਾਲਿਆਂ ਨੇ ਮਾਈਕਰੋਸਾਫਟ ਨੇ ਇਹ ਖਰੀਦ ਲਿਆ ਸੀ ਤੇ ਇਸ ਦਾ ਨਾਮ ਚੇਂਜ ਕਰਕੇ ਕੀ ਐਮ ਐਸ ਆਊਟਲੁੱਕ ਰੱਖ ਦਿੱਤਾ ਗਿਆ ਸੀ ਠੀਕ ਹੈ। ਕਵੈਸਚਨ ਨੰਬਰ 17 ਦੀ ਗੱਲ ਕਰੀਏ ਈਮੇਲ ਵਿੱਚ ਅਨਵਾਂਟਡ ਮੇਲ ਨੂੰ ਕੀ ਕਹਿੰਦੇ ਨੇ? ਸਪੈਮ ਕਿਹਾ ਜਾਂਦਾ ਹੈ। ਉਹ ਵੀ ਦੋਸਤੋ ਈਜ਼ੀ ਕਵੈਸਚਨ ਇਹਦਾ। ਕਵੈਸਚਨ ਨੰਬਰ 18 ਦੀ ਗ ਈਮੇਲ ਸਪੂਫਿੰਗ ਨੂੰ ਕੀ ਕਹਿੰਦੇ ਨੇ ਤਾਂ ਮਾਲਵੇਅਰ ਅਟੈਚਮੈਂਟ ਹੁੰਦੀ ਜਿਹੜੀ ਉਸ ਨੂੰ ਈਮੇਲ ਸਪੂਫਿੰਗ ਵੀ ਕਿਹਾ ਜਾਂਦਾ ਕੁਐਸਚਨ ਨੰਬਰ 19 ਦੀ ਗੱਲ ਕਰੀ ਈਮੇਲ ਵਿੱਚ ਕਿੰਨੇ ਹਿੱਸੇ ਹੁੰਦੇ ਨੇ ਦੋ ਪਾਰਟ ਹੁੰਦੇ ਨੇ ਯੂਜ਼ਰ ਨੇਮ ਤੇ ਡੋਮੇਨ ਨੇਮ .com ਹੁੰਦਾ ਉਹ ਡੋਮੇਨ ਹੈ ਉਸ ਤੋਂ ਪਹਿਲਾਂ ਜਿਹੜਾ ਵੀ ਆਪਾਂ ਨਾਮ ਲਿਖਦੇ ਐਟ ਦੀ ਰੇਟ ਲਿਖਦੇ ਆ ਤਾਂ ਦੋ ਪਾਰਟ ਵਿੱਚ ਈਮੇਲ ਡਿਵਾਈਡ ਹੋ ਜਾਂਦਾ ਠੀਕ ਹੈ ਕੁਐਸਚਨ ਨੰਬਰ ਬੀ ਦੀ ਗੱਲ ਕਰੀ ਈਮੇਲ ਵਿੱਚ ਕਿੰਨੇ ਪ੍ਰੋਟੋਕੋਲ ਦੀ ਵਰਤੋਂ ਕੀਤੀ ਜਾਂਦੇ ਆ ਈਮੇਲ ਵਿੱਚ ਤਿੰਨ ਪ੍ਰੋਟੋਕੋਲ ਹੁੰਦੇ ਨੇ ਐਸਐਮਟੀਪੀ ਪ੍ਰੋਟੋਕੋਲ ਆਫ 3 एसएमटीपी ਦਾ ਬਾਕੀ ਫੁੱਲ ਫਾਰਮ ਵੀ ਆਪਾਂ ਅੱਗੇ ਡਿਸਕਸ ਕਰਾਂਗੇ ਇਹਨਾਂ ਦੀ ਕਿਹੜੀ ਕਿਹੜੀ ਹੈ ਇੱਥੇ ਕੁਐਸਚਨ ਨੰਬਰ 21 ਦੀ ਗੱਲ ਕਰੀਏ ਈਮੇਲ ਵਿੱਚ ਐਸਐਮਟੀਪੀ ਪ੍ਰੋਟੋਕੋਲ ਦਾ ਪੂਰਾ ਰੂਪ ਕੀ ਹੈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਇਜ਼ ਦੀ ਫੁੱਲ ਫਾਰਮ ਹੈ ਦੇਖੋ ਪ੍ਰੋਟੋਕੋਲ ਕੀ ਹੁੰਦਾ ਦੋਸਤੋ ਇੱਕ ਇੱਕ ਕੀ ਹੁੰਦਾ ਆਪਾਂ ਕੀ ਸਮਝ ਲਈਏ ਹੁਣ ਮੈਂ ਕਿਸੇ ਨੂੰ ਮੈਸੇਜ ਭੇਜਣਾ ਠੀਕ ਹੈ ਈਮੇਲ ਥਰੂ ਮੈਸੇਜ ਭੇਜਣਾ ਹਨਾ ਉਹ ਕੋਈ ਰੇਂਜ ਹੈ ਜਿਹੜੀ ਕਿਸੇ ਵੀ ਤਰੀਕੇ ਨਾਲ ਜਾ ਰਹੀ ਹੈ ਨਾ ਜਾਣ ਦੀ ਵਿਧੀ ਨੂੰ ਪ੍ਰੋਟੋਕੋਲ ਕੇ ਅੰਦਰ ਠੀਕ ਹੈ ਜਾਣ ਦੀ ਅਲੱਗ ਪ੍ਰੋਟੋਕੋਲ ਹੁੰਦਾ ਜਾਣ ਦੀ ਵਿਧੀ ਮੈਸੇਜ ਜਾਣ ਦੀ ਵਿਧੀ ਅਲੱਗ ਹੁੰਦੀ ਹੈ ਤੇ ਮੈਸੇਜ ਆਉਣ ਦੀ ਅਲੱਗ ਵਿਧੀ ਹੁੰਦੀ ਹੈ ਇਹ ਸੈਟਅਪ ਕਿੱਥੋਂ ਹੁੰਦਾ ਜਿਹੜੀ ਫ੍ਰੀਕੁਐਂਸੀ ਇਹਨਾਂ ਦੀ ਪ੍ਰੋਟੋਕੋਲ ਦੇ ਰੂਪ ਵਿੱਚ ਸੈੱਟ ਹੁੰਦੀ ਹੈ ਉਸ ਨੂੰ ਆਪਾਂ ਪ੍ਰੋਟੋਕੋਲ ਹੀ ਕਹਿ ਦਿੰਦੇ ਹਾਂ ਠੀਕ ਹੈ ਐਸ ਐਮ ਟੀ ਪੀ ਹੈ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਤਾਂ ਯਾਦ ਰੱਖੋ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਇਜ਼ੀ ਫੁੱਲ ਫਾਰਮ ਹੈ ਠੀਕ ਹੈ ਕੁਐਸਚਨ ਨੰਬਰ 22 ਦੀ ਗੱਲ ਕਰੀ ਇਮੇਲ ਵਿੱਚ ਐਸ ਐਮ ਟੀ ਪੀ ਪ੍ਰੋਟੋਕੋਲ ਕੰਮ ਕੀ ਹੈ ਦੇਖੋ ਐਸ ਐਮ ਟੀ ਪੀ ਸਿੰਪਲ ਮੇਲ ਟਰਾਂਸਫਰ ਦਾ ਕੰਮ ਕੀ ਹੈ ਮੇਲ ਸੈਂਡ ਕਰਨਾ ਤਾਂ ਆਪਾਂ ਨੂੰ ਐਸ ਐਮ ਟੀ ਵੀ ਪ੍ਰੋਟੋਕੋਲ ਦੇ ਅਕੋਰਡਿੰਗ ਕਰਨਾ ਪਵੇਗਾ ਠੀਕ ਹੈ ਕੁਐਸਚਨ ਨੰਬਰ 22 ਅਗੇਨ ਰਿਪੀਟ ਹੋ ਗਿਆ ਚਲੋ ਰਿਪੀਟ ਤਾਂ ਨਹੀਂ ਹੈ ਨੰਬਰ ਰਿਪੀਟ ਹੋ ਗਿਆ ਕੁਐਸਚਨ ਨੰਬਰ 22 ਦੀ ਕਰ 23 ਦੀ ਗੱਲ ਕਰੀਏ ਈਮੇਲ ਵਿੱਚ ਪੋਪ 3 ਦਾ ਪੂਰਾ ਰੂਪ ਕੀ ਹੈ ਤਾਂ ਪੋਸਟ ਆਫਿਸ ਪ੍ਰੋਟੋਕੋਲ ਵਰਜਨ 3 ਠੀਕ ਹੈ ਯਾਦ ਰੱਖਿਓ ਬਹੁਤ ਵਾਰ ਐਗਜ਼ਾਮ ਵਿੱਚ ਇਹ ਪੁਆਇੰਟ ਵੀ ਰਿਪੀਟ ਹੁੰਦਾ ਹੈ ਕਵੈਸਚਨ ਨੰਬਰ 23 ਦੀ ਗੱਲ ਕਰੀ ਇਮੇਲ ਵਿੱਚ ਪੋਪ 3 ਆਈਮੈਪ ਪ੍ਰੋਟੋਕੋਲ ਦਾ ਕੰਮ ਕੀ ਆ ਮੇਲ ਰੀਸੀਵ ਕਰਨ ਲਈ ਹੁਣ ਦੇਖੋ ਮੇਲ ਸੈਂਡ ਕਰਨਾ ਹੈ ਤਾਂ ਐਸ ਐਮ ਟੀ ਪੀ ਠੀਕ ਹੈ ਤੇ ਮੇਲ ਰੀਸੀਵ ਕਰਨਾ ਹੈ ਜੇ ਮੈਂ ਰੀਸੀਵ ਕਰ ਰਿਹਾ ਤਾਂ ਮੈਨੂੰ ਕਿਹੜਾ ਪ੍ਰੋਟੋਕੋਲ ਦੀ ਵਰਤੋਂ ਦੇ ਥਰੂ ਮੈਂ ਯੂਜ਼ ਕਰ ਸਕਦਾ ਮੇਲ ਰੀਸੀਵ ਕਰ ਸਕਦਾ ਪੋਪ 3 ਤੇ ਆਈਮੈਪ ਠੀਕ ਹੈ ਮੇਲ ਰੀਸੀਵ ਕਰਨ ਲਈ ਇਹ ਪ੍ਰੋਟੋਕੋਲ ਯੂਜ਼ ਹੁੰਦੇ ਠੀਕ ਹੈ ਕਵੈਸਚਨ ਨੰਬਰ 24 ਦੀ ਗੱਲ ਕਰੀ ਅੱਜ ਕੱਲ ਮੇਲ ਰੀਸੀਵ ਕਰਨ ਲਈ ਕਿਡਾ ਪ੍ਰੋਟੋਕੋਲ ਵਰਤਿਆ ਜਾਂਦਾ ਹੈ ਤਾਂ ਦੋਨੋਂ ਹੀ ਪੋਪ3 ਤੇ ਆਈ ਮੈਪ ਇਹ ਪ੍ਰੋਟੋਕੋਲ ਮੇਲ ਰੀਸੀਵ ਕਰਨ ਲਈ ਯੂਜ਼ ਕੀਤੇ ਜਾਂਦੇ ਨੇ ਕੁਐਸਚਨ ਨੰਬਰ 25 ਦੀ ਗੱਲ ਕਰੀਏ ਈਮੇਲ ਕਲਾਈਂਟ ਦਾ ਕੰਮ ਕੀ ਹੁੰਦਾ ਹੈ ਮੇਲ ਪੜਨ ਵਾਸਤੇ ਇੱਕ ਸੌਫਟਵੇਅਰ ਹੁੰਦਾ ਆਟੋਮੈਟਿਕ ਸੌਫਟਵੇਅਰ ਹੁੰਦਾ ਪੜ ਕੇ ਆਟੋਮੈਟਿਕ ਹੀ ਰਿਪਲਾਈ ਕਰ ਦਿੰਦਾ ਉਸ ਨੂੰ ਕੀ ਕਹਿੰਦੇ ਆਪਾਂ ਈਮੇਲ ਕਲਾਈਂਟ ਕਹਿੰਦੇ ਆ ਠੀਕ ਹੈ ਕੁਐਸਚਨ ਨੰਬਰ 26 ਦੀ ਗੱਲ ਕਰੀਏ ਈਮੇਲ ਕਲਾਈਂਟ ਦੇ ਉਦਾਹਰਣ ਐਮ ਐਸ ਆਊਟਲੁਕ ਮੋਜ਼ਿਲਾ ਥੰਡਰਵਰਡ ਤੇ ਐਪਲ ਮੇਲ ਇਹ ਤਿੰਨੇ ਉਦਾਹਰ ਵੈਬ ਮੇਲ ਕੀ ਹੈ ਉਦਾਹਰਨ ਵੈਬ ਮੇਲ ਹੁੰਦਾ ਉਹੀ ਈਮੇਲ ਜੀਮੇਲ ਯਾਹੂ ਰੈਡਮੇਲ AOL ਅਮਰੀਕਾ ਆਨਲਾਈਨ ਇਸ ਦੀ ਫੁੱਲ ਫਾਰਮ ਹੈ AOL ਦੀ ਵੀ एग्जाम ਵਿੱਚ ਆਉਂਦਾ ਕੁਸ਼ਣ ਯਾਦ ਰੱਖਿਓ ਅਮਰੀਕਾ ਆਨਲਾਈਨ ਇਸ ਦੀ ਫੁੱਲ ਫਾਰਮ ਓਕੇ ਤੇ ਇਹ ਸਾਰੇ ਵੈਬ ਮੇਲਸ ਨੇ ਠੀਕ ਹੈ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕੁਸ਼ਣ 28 OL ਦਾ ਪੂਰਾ ਨਾਮ ਕੀ ਹੈ ਅਮਰੀਕਾ ਆਨਲਾਈਨ ਹੈ ਕੁਸ਼ਣ ਨੰਬਰ 28 ਦੀ ਗੱਲ ਕਰੀਏ ਵੈਬ ਮੇਲ ਨੂੰ ਵਰਤਣ ਲਈ ਕੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਇੰਟਰਨੈਟ ਦੀ ਹੀ ਜ਼ਰੂਰਤ ਪੈਂਦੀ ਆ ਆਪਾਂ ਨੂੰ ਇੰਟਰਨੈਟ ਨਹੀਂ ਹੋਵੇਗਾ ਤਾਂ ਆਪਾਂ ਵੈਬ ਮੇਲ ਅਨ ਇੰਟਰਨੈਟ ਦੀ ਮੇਲ ਦੀ ਸਰਵਿਸ ਨੂੰ ਯੂਜ਼ ਨਹੀਂ ਕਰਵਾਉਂ ਮੈਂ ਕੁਐਸਚਨ ਨੰਬਰ 30 ਦੀ ਗੱਲ ਕਰੀਏ ਇੱਕ ਮੇਲ ਬਾਕਸ ਤੋਂ ਈਮੇਲ ਲਿਆਉਣ ਲਈ ਇੱਕ ਸਧਾਰਨ ਪ੍ਰੋਟੋਕੋਲ ਵਰਤਿਆ ਜਾਂਦਾ ਹੈ ਈਮੇਲ ਅਗੇਨ ਰੀਸੀਵ ਕਰਨ ਦੀ ਗੱਲ ਹੋ ਰਹੀ ਹੈ ਤਾਂ ਕਿਹੜਾ ਪ੍ਰੋਟੋਕੋਲ ਹੁੰਦਾ ਪੋਪ 3 ਪ੍ਰੋਟੋਕੋਲ ਹੁੰਦਾ ਠੀਕ ਹੈ ਕੁਐਸਚਨ ਨੰਬਰ 31 ਦੀ ਗੱਲ ਕਰੀਏ ਕਿਹੜੇ ਦੇਸ਼ ਨੇ ਈਮੇਲ ਦੀ ਖੋਜ ਕੀਤੀ ਸੀ ਤਾਂ ਅਮਰੀਕਾ ਨੇ ਕੀਤੀ ਸੀ ਇਹ ਮੋਸਟਲੀ ਜਿਹੜੀ ਖੋਜਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਯੂ ਐਸ اے ਅਮਰੀਕਾ ਹੀ ਕਰਦਾ ਠੀਕ ਹੈ ਕਵੈਸਚਨ ਨੰਬਰ 32 ਦੀ ਗੱਲ ਕਰੀਏ ਈਮੇਲ ਦਾ ਸਟੋਰੇਜ ਖੇਤਰ ਕਿ ਨਾਉਂ ਸਟੋਰੇਜ ਖੇਤਰ ਡੈਸ਼ ਮੇਲਬਾਕਸ ਜਿੱਥੇ ਮੈਸੇਜ ਆਉਂਦੇ ਨੇ ਆਪਣੀ ਈਮੇਲ ਵਿੱਚ ਉਸ ਨੂੰ ਕੀ ਕਹਿੰਦੇ ਆਪਾਂ ਮੇਲਬਾਕਸ ਕਿੰਨਾ ਠੀਕ ਹੈ ਕਵੈਸਚਨ ਨੰਬਰ 33 ਦੀ ਗੱਲ ਕਰੀਏ ਈਮੇਲ ਪਤੇ ਵਿੱਚ ਡੈਸ਼ ਇਸ ਚਿੰਨ੍ਹ ਦੀ ਵਰਤੋਂ ਕਰਕੇ ਯੂਜ਼ਰ ਨੇਮ ਆਈਐਸਪੀ ਤੋਂ ਵੱਖ ਕਰਦੇ ਨੇ ਐਟ ਦੀ ਰੇਟ ਯੂਜ਼ ਕਰਕੇ ਜਿਹੜਾ ਆਈਐਸਪੀ ਹੁੰਦਾ ਉਸ ਤੋਂ ਵੱਖ ਕਰਦੇ ਕਵੈਸਚਨ ਨੰਬਰ 34 ਦੀ ਗੱਲ ਕਰੀਏ ਇਹ ਤੁਹਾਨੂੰ ਕਿਤੇ ਵੀ ਆਪਣੀ ਈਮੇਲ ਐਕਸੈਸ ਕਰਨ ਦੀ ਅਗਿਆ ਦਿੰਦਾ ਹੈ ਕੀ web mail interface ਠੀਕ ਹੈ web ਉਹ ਜਿਹੜਾ ਪੇਜ ਹੁੰਦਾ ਹੈ web google ਹੁੰਦਾ एग्जांपल ਦੇ ਤੌਰ ਤੇ google ਆਪਾਂ ਡਾਊਨਲੋਡ ਕਰ ਲਿਨੇ ਉਤੋਂ ਜਦ ਮੇਲ ਡਾਊਨਲੋਡ ਕਰ ਲਿਨੇ ਜਾਂ ਸਿੱਧੇ ਆਨਲਾਈਨ ਭਰ ਦਿੰਨੇ ਆ ਉਸ ਨੂੰ web mail interface ਕਿਹਾ ਜਾਂਦਾ ਕੁਐਸਚਨ ਨੰਬਰ 35 ਦੀ ਗੱਲ ਕਰੀਏ ਇੱਕ ਮੇਲ ਭੇਜਣ ਵਾਲੇ ਵੇਲੇ ਕਿਹੜੀ ਲਾਈਨ ਸਾਨੂੰ ਇਹਦੇ ਭਾਗ ਬਾਰੇ ਦੱਸਦੀ ਹੈ ਇਹਦਾ ਸਬਜੈਕਟ ਹੁੰਦਾ ਕਿ ਇਸ ਮੇਲ ਵਿੱਚ ਕੀ ਲਿਖਿਆ ਕੀ ਸਬਜੈਕਟ ਲਿਖਿਆ ਆਪਾਂ ਪਹਿਲਾਂ ਉੱਪਰ ਛੋਟੀ ਜਿਹੀ ਲਾਈਨ ਵਿੱਚ ਲਿਖ ਦਿੰਨੇ ਆ ਵੀ ਇਸ ਦੇ ਰਿਗਾਰਡਿੰਗ ਇਹ ਮੇਲ ਠੀਕ ਹੈ ਕਵੈਸਚਨ ਨੰਬਰ 37 ਦੀ ਗੱਲ ਕਰੀਏ ਐਸ ਐਮ ਟੀ ਪੀ ਕਿਹੜਾ ਪ੍ਰੋਟੋਕੋਲ ਹੈ ਇਹ ਪੁਸ਼ ਪ੍ਰੋਟੋਕੋਲ ਵੀ ਇਸ ਨੂੰ ਕਿਹਾ ਜਾਂਦਾ ਪੁਸ਼ ਹੁਣ ਆਪਾਂ ਇੱਕ ਤਰ੍ਹਾਂ ਪੁਸ਼ ਮੈਨੇ ਕੀ ਹੁੰਦਾ ਤੱਕਾ ਦੇਣਾ ਮੈਸੇਜ ਵੀ ਆਪਾਂ ਮੰਨ ਕੇ ਚੱਲੋ ਵੀ ਤੱਕਾ ਦਿੱਤਾ ਜਾਂ ਉਡਾਤਾ ਮੈਸੇਜ ਤੇ ਦੂਜੇ ਦੇ ਫੋਨ ਵੀ ਚਲਾ ਗਿਆ ਇਸ ਤਰ੍ਹਾਂ ਥੋੜਾ ਜਿਹਾ ਰਿਲੇਟ ਕਰਕੇ ਯਾਦ ਰੱਖਿਆ ਕਰੋ ਮਾਈਂਡ ਵਿੱਚ ਜਿਆਦਾ ਟਾਈਮ ਤੱਕ ਯਾਦ ਰਹਿੰਦਾ ਠੀਕ ਹੈ ਕਵੈਸਚਨ ਨੰਬਰ 37 ਦੀ ਗੱਲ ਕਰੀਏ ਐਮ ਐਸ ਐਨ ਯਾਨੀ ਮੈਸੇਂਜਰ ਅਤੇ ਇਹ ਉਹ ਵਾਲ ਦੀ ਉਦਾਹਰਣ ਆਨਲਾਈਨ ਸਰਵਿਸ ਪ੍ਰੋਵਾਈਡਰ ਨੇ ਇਹ ਠੀਕ ਹੈ ਜੇ ਐਗਜ਼ਾਮਪਲ ਪੁੱ ਕਵੈਸਚਨ ਨੰਬਰ 38 ਦੀ ਗੱਲ ਕਰੀਏ Gmail ਵਿੱਚ ਅਟੈਚਮੈਂਟ ਯਾਨੀ ਸਾਈਜ਼ ਲਿਮਿਟ ਦੀ ਸੀਮਾ ਕੀ ਹੈ ਇੱਕ ਸਾਈਜ਼ ਲਿਮਿਟ ਹੁੰਦੀ ਹੈ ਨਾ ਦੋਸਤੋ ਵੀ ਇਸ ਤੋਂ ਵੱਡੀ ਸਾਈਜ਼ ਦੀ ਫਾਈਲ ਆਪਾਂ ਸੈਂਟਰਿੰਗ ਕਰ ਸਕਦੇ ਤਾਂ Gmail ਵਿੱਚ ਕੀ ਹੈ 25MB ਦੀ ਲਿਮਿਟ ਹੁੰਦੀ ਹੈ ਕਵੈਸਚਨ ਨੰਬਰ 39 ਦੀ ਗੱਲ ਕਰੀਏ Gmail ਉੱਤੇ ਕਿੰਨੀ ਸਟੋਰੇਜ ਮੁਫਤ ਹੈ ਤਾਂ 15GB ਤੱਕ ਆਪਾਂ ਜਿਹੜੀ ਸਟੋਰੇਜ ਆ ਫ੍ਰੀ ਵਿੱਚ ਯੂਜ਼ ਕਰ ਸਕਦੇ ਇਸ ਤੋਂ ਵੱਧ ਜੇ ਤੁਸੀਂ ਸਟੋਰੇਜ ਲੈਣੇ ਤੋਂ ਉਸ ਪਾਸੇ ਆਪਾਂ ਨੂੰ ਪੈਸੇ ਦੇਣੇ ਪੈਂਦੇ ਨੇ Google ਨੂੰ ਠੀਕ ਹੈ ਕਵੈਸਚਨ ਨੰਬਰ 40 ਦੀ ਗੱਲ ਕਰੀਏ ਯਾਹੂ ਮੇਲ ਦਾ ਖੋਜ ਕਰਤਾ ਕੌਣ ਸੀ ਬਹੁਤ ਵਾਰੀ ਐਗਜ਼ਾਮ ਵਿੱਚ ਰਿਪੀਟ ਹੋਇਆ ਜੈਰਿੰਗ ਯੰਗ ਤੇ ਡੈਵਿਡ ਫਿਲੋ ਇਹ ਦੋ ਨਾਮ ਯਾਦ ਰੱਖਿਓ ਇਹਨਾਂ ਨੇ ਦੋਵਾਂ ਨੇ ਮਿਲ ਕੇ ਯਾਹੂ ਦੀ ਖੋਜ ਕੀਤੀ ਸੀ ਠੀਕ ਹੈ ਕੁਐਸਚਨ ਨੰਬਰ 41 ਦੀ ਗੱਲ ਕਰੀਏ ਜੀਮੇਲ ਦਾ ਖੋਜ ਕਰਤਾ ਦਾ ਨਾਮ ਜੀਮੇਲ ਦਾ ਠੀਕ ਹੈ ਜੀਮੇਲ ਦਾ ਪੌਲ ਬੁਕੇਟ ਨਾਮ ਕਹੇ ਸੀ ਕੋਈ ਬੰਦਾ ਸੀ ਜਿਨੇ ਜੀਮੇਲ ਦੀ ਖੋਜ ਕੀਤੀ ਸੀ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ ਈਮੇਲ ਤੇ ਦੇਖੋ ਇੱਥੇ ਈਮੇਲ ਤੇ ਜੀਮੇਲ ਵਿੱਚ ਕਨਫਿਊਜ਼ਨਾ ਹੋयो ਜੀਮੇਲ ਹੋਗੀ ਜਿਹੜੇ ਇਹ ਇੱਕ ਤਰ੍ਹਾਂ ਦੇ ਐਪਲੀਕੇਸ਼ਨ ਲਗਾ ਲੋ ਜਾਂ ਵੈਬਸਾਈਟ ਲਗਾ ਲੋ ਠੀਕ ਹੈ ਜਿੰਨੇ ਜਿਨ੍ਹਾਂ ਨੇ ਈਮੇਲ ਯੂਜ਼ ਕਰਕੇ ਆਪਣਾ ਇੱਕ ਪੋਰਟਲ ਬਣਾ ਲਿਆ ਵੀ ਤੁਸੀਂ ਜੇ ਈਮੇਲ ਭੇਜਣਾ ਤਾਂ ਸਾਡੇ ਜੀਮੇਲ ਤੇ ਆਓ ਇੱਥੋਂ ਪਿੱਛੋਂ ਠੀਕ ਹੈ ਕਨਫਿਊਜ਼ ਨਹੀਂ ਹੋਣਾ ਕੁਐਸਚਨ ਨੰਬਰ 42 ਦੀ ਗੱਲ ਕਰੀ ਅਣ ਚਾਹੀਏ ਮੇਲ ਨੂੰ ਕੀ ਕਿਹਾ ਜਾਂਦਾ ਸਪੈਮ ਅਗੇ ਨਾ ਪਰਪੀਟ ਕਰ ਚੁੱਕੇ ਆਂ ਕੁਐਸਚਨ ਕੁਐਸਚਨ ਨੰਬਰ 43 ਦੀ ਗੱਲ ਕਰੀਏ ਈਮੇਲ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਕਿਹੜਾ ਪ੍ਰੋਟੋਕੋਲ ਵਰਤਿਆ ਜਾਂਦਾ ਈਮੇਲ ਨੂੰ ਜੇ ਆਪਾਂ ਸੁਰੱਖਿਆ ਕਰਨੀ ਹੈ ਮਤਲਬ ਕੋਈ ਹੈਕ ਨਾ ਕਰ ਲੇ ਜਾਂ ਵਾਇਰਸ ਨਾ ਸੈਂਡ ਕਰ ਦੇ ਉਸ ਵਾਸਤੇ ਕਿਹੜਾ ਪ੍ਰੋਟੋਕੋਲ ਯੂਜ਼ ਹੁੰਦਾ ਪੀਜੀਪੀ ਪ੍ਰੋਟੋਕੋਲ ਹੁੰਦਾ ਤੇ ਪੀਜੀਪੀ ਦਾ ਫੁੱਲ ਫਾਰਮ ਦੀ ਗੱਲ ਕਰੀਏ ਐਗਜ਼ਾਮ ਵਿੱਚ ਜੇ ਆ ਜਾਂਦਾ ਤਾਂ ਆ ਦੇਖੋ ਪ੍ਰਾਈਵੇਸੀ ਇਸ ਇਜ਼ ਫੁੱਲ ਫਾਰਮ ਓਕੇ ਕੁਐਸਚਨ ਨੰਬਰ 45 ਦੀ ਗੱਲ ਕਰੀਏ ਸਧਾਰਨ ਮੇਲ ਟ੍ਰਾਂਸਫਰ ਯਾਨੀ ਐਸ ਐਮਟੀਪੀ ਪ੍ਰੋਟੋਕੋਲ ਦੀ ਵਰਤੋਂ ਡੈਸ਼ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ ਓਨਲੀ ਟੈਕਸਟ ਫਾਈਲ ਜਿਹੜਾ ਆਪਾਂ ਲਿਖਿਆ ਹੁੰਦਾ ਨਾ ਉਹ ट्रांसफर ਕਰਨ ਲਈ এসএমٹی بي پروٹوکول ইউজ ਕੀਤਾ ਜਾਂਦਾ ਹੈ ਕੁਐਸਚਨ ਨੰਬਰ 46 ਦੀ ਗੱਲ ਕਰੀਏ এসএমਟੀ ਪੀ ਕਿਹੜਾ ਪੋਰਟ ਨੰਬਰ ਯੂਜ਼ ਕਰਦਾ ਹੈ ਦੇਖੋ ਇਹ ਪ੍ਰੋਟੋਕੋਲ ਹੈ এসএমਟੀਪੀ ਇਹ ਇੱਕ ਫ੍ਰੀਕਵੈਂਸੀ ਤੇ ਸੈੱਟ ਹੁੰਦਾ ਹੈ ਜਿਸ ਨੂੰ ਪੋਰਟ ਨੰਬਰ ਤੇ ਸੈੱਟ ਕੀਤਾ ਜਾਂਦਾ ਤਾਂ এসএমਟੀਪੀ ਦੀ ਯਾਦ ਰੱਖਿਓ ਸਿੰਪਲ ਮੇਲ ਟ੍ਰਾਂਸਫਰ ਦੀ ਕਿੰਨੀ ਹੈ 25 ਨੰਬਰ ਪੋਰਟ ਨੰਬਰ ਹੁੰਦਾ ਠੀਕ ਹੈ ਪੋਪ ਦਾ ਕਿੰਨਾ ਹੈ ਕੁਐਸਚਨ ਨੰਬਰ 47 ਦੀ ਗੱਲ ਕਰੀਏ ਪੋਪ ਦਾ ਪੋਰਟ ਨੰਬਰ ਕੀ ਹੈ ਪੋਪ ਦਾ ਹੁੰਦਾ 110 ਨੰਬਰ ਫ੍ਰੀਕਵੈਂਸੀ ਸੈੱਟ ਹੁੰਦੀ ਹੈ ਨਾ ਉਸ ਦਾ ਪੋਰਟ ਨੰਬਰ ਹੁੰਦਾ ਤਾਂ ਪੋਪ ਦੀ ਕਿੰਨੇ ਨੰਬਰ ਤੇ ਸੈੱਟ ਕੀਤੀ ਹੁੰਦੀ ਫ੍ਰੀਕੁਐਂਸੀ 110 ਨੰਬਰ ਤੇ ਠੀਕ ਹੈ ਕੁਐਸਚਨ ਨੰਬਰ 48 ਦੀ ਗੱਲ ਕਰੀਏ ਹਿੱਟ ਲਿਖਿਆਂ ਵਿੱਚੋਂ ਕਿਹੜਾ ਧਮਕੀਆਂ ਮੇਲ ਸੁਰੱਖਿਆ ਨੂੰ ਹਨ ਧਮਕੀਆਂ ਮਤਲਬ ਕਿ ਆਪਾਂ ਲਾ ਲਈਏ ਵਾਇਰਸ ਲਗਾ ਲਓ ਹਨਾ ਤੇ ਟੌਰਚਨ ਲਗਾ ਲਓ ਸਪੈਮ ਇਹ ਹੈ ਕਿ ਈਮੇਲ ਨੂੰ ਸੁਰੱਖਿਆ ਰੱਖਣ ਦੇ ਅਗੇਂਸਟ ਆ ਮਤਲਬ ਕਿ ਕੋਈ ਵੀ ਇਹ ਸੈਂਡ ਕਰ ਸਕਦਾ ਆਪਣੇ ਮੇਲ ਵਿੱਚ ਉਹ ਆਪਾਂ ਨੂੰ ਆਪਣੇ ਦੇ ਡਿਪੈਂਡ ਆਪਾਂ ਇਹ ਮੇਲ ਓਪਨ ਕਰਨਾ ਜਾਂ ਨਹੀਂ ਕਰਨਾ ਹੈ ਨਾ ਕਈ ਵਾਰ ਕੋਈ ਵਾਇਰਸ ਆ ਜਾਂਦਾ ਟੌਰ ਜਾਂਦਾ ਸਪੈਮ ਜਾਂ ਫਿਸ਼ਿੰਗ ਆ ਜਾਂਦੀ ਹੈ ਤਾਂ ਇਹ ਈਮੇਲ ਨੂੰ ਹੈਕ ਕਰਨ ਵਾਸਤੇ ਹੁੰਦੀਆਂ ਜੀ ਠੀਕ ਹੈ ਸਵਾਲ ਨੰਬਰ 49 ਦੀ ਗੱਲ ਕਰੀਏ ਹੇ ਟੈਲੀਗ੍ਰਾਮ ਵਿੱਚ ਕਿਹੜਾ ਪ੍ਰੋਗਰਾਮ ਉਪਯੋਗ ਉਪਯੋਗ ਕਰਤਾ ਦੁਆਰਾ ਈਮੇਲ ਭੇਜਣਾ ਅਤੇ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ ਠੀਕ ਹੈ ਮੇਲ ਯੂਜ਼ਰ ਏਜੰਟ ਹੁੰਦਾ ਹੈ ਕੁਐਸਚਨ ਨੰਬਰ 50 ਦੀ ਗੱਲ ਕਰੀਏ ਡੈਸ਼ ਪ੍ਰਾਪਤ ਕਰਤਾ ਸੰਦੇਸ਼ਾਂ ਦੇ ਸਾਰੇ ਪ੍ਰਾਪਤ ਕਰਤਾ ਮੰਨ ਲਈ ਅਧਿਕ ਹੈ ਤਦੋਂ ਆਪਾਂ BCC ਇਹਨੇ ਬਲਾਈਂਡ ਕਾਰਬਨ ਕਾਪੀ ਕਰਕੇ ਸੈਂਡ ਕਰਦੇ ਆ ਤਾਂ ਉਹ ਸਿਰਫ ਮਤਲਬ ਇਹ ਸੈਂਡ ਸਾਰਿਆਂ ਨੂੰ ਹੋ ਜਾਂਦਾ ਪਰ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਕਿਹੜੇ ਬੰਦੇ ਨੂੰ ਇਹ ਸੈਂਡ ਕੀਤਾ ਮਤਲਬ ਉਹਨਾਂ ਦੇ ਜਿਹੜੇ ਈਮੇਲ ਐਡਰੈਸ ਆ ਉਹ ਬਲਾਈਂਡ ਹੋ ਜਾਂਦੇ ਨੇ ਠੀਕ ਹੈ ਹੁਣ ਗੱਲ ਕਰੀ ਇੰਟਰਨੈਟ ਰਿਲੇਟਡ ਕੁਐਸਚਨ ਕੁਐਸਚਨ ਨੰਬਰ 51 ਦੇ ਗੱਲ ਕਰੀ ਵਡਿ ਵਡਿ ਦੇ ਖੋਜ ਕਿਸ ਨੇ ਕੀਤੀ ਸੀ ਟਿਮ ਬਰਨਰ ਲੀ ਨੇ ਕੀਤੀ ਸੀ ਡਬਲਯੂਡਬਲਯੂ ਠੀਕ ਹੈ ਕਿਸ ਸਾਲ ਵਿੱਚ ਹੋਈ ਸੀ 1990 ਈਸਵੀ ਵਿੱਚ ਹੋਈ ਸੀ ਠੀਕ ਹੈ ਕਵੈਸਚਨ ਨੰਬਰ 53 ਦੀ ਗੱਲ ਕਰ ਕੋ URL ਦੀ ਖੋਜ ਕਿਸ ਨੇ ਕੀਤੀ ਸੀ ਤਾਂ ਇਸ ਦੀ ਖੋਜ ਵੀ ਟਿਮ ਬਰਨਰ ਲੀ ਨੇ ਕੀਤੀ ਸੀ ਕਵੈਸਚਨ ਨੰਬਰ 54 ਦੀ ਗੱਲ ਕਰ ਯਾਹੂ ਗੂਗਲ ਐਂਡ ਐਮ ਐਸ ਐਨ ਐਮ ਐਸ ਐਨ ਮਤਲਬ ਮੈਸੇਂਜਰ ਕੀ ਨਹੀਂ ਇਹ ਇੰਟਰਨੈਟ ਵੈਬਸਾਈਟ ਆ ਜਾਂ ਸਾਈਟ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਵੈਸਚਨ ਨੰਬਰ 55 ਦੀ ਗੱਲ ਕਰੀਏ ਐਮ ਐਸ ਐਨ ਦਾ ਪੂਰਾ ਰੂਪ ਕੀ ਹੈ ਮਾਈਕਰੋਸਾਫਟ ਨੈਟਵਰਕ ਇਜ਼ ਦੀ ਫਾਰਮਾ ਕਵੈਸਚਨ ਨੰਬਰ 56 ਦੀ ਗੱਲ ਕਰ ਇੰਟਰਨੈਟ ਕੀ ਹੈ ਕੰਪਿਊਟਰ ਅਧਾਰਿਤ ਅੰਤਰਰਾਸ਼ਟਰੀ ਜਾਣਕਾਰੀ ਪ੍ਰਣਾਲੀ ਇੱਕ ਐਗਜ਼ਾਮਪਲ ਮੰਨ ਲਓ ਕੰਪਨੀ ਨੇ ਇੰਟਰਨੈਟ ਦਿੱਤਾ। ਕੁਐਸਚਨ ਨੰਬਰ 57 ਦੀ ਗੱਲ ਕਰਦੇ ਭਾਰਤ ਵਿੱਚ ਕਿਸ ਸਾਲ ਇੰਟਰਨੈਟ ਦੀ ਸ਼ੁਰੂਆਤ ਹੋਈ ਸੀ? ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਵਿੱਚ ਰਿਪੀਟ ਹੋਇਆ। 1995 ਤੋਂ ਜ਼ਿਆਦਾ ਸ਼ੁਰੂਆਤ, ਮਤਲਬ ਕਿ ਸ਼ੁਰੂ ਹੋ ਗਿਆ ਸੀ ਇੰਟਰਨੈਟ ਠੀਕ ਹੈ। ਕੁਐਸਚਨ ਨੰਬਰ 58 ਦੀ ਗੱਲ ਕਰਦੇ ਭਾਰਤ ਵਿੱਚ ਕਿਸ ਕੰਪਨੀ ਦੁਆਰਾ ਇੰਟਰਨੈਟ ਦੀ ਸ਼ੁਰੂਆਤ ਕੀਤੀ ਗਈ ਸੀ? ਸਿੱਤਾ ਸਭ ਤੋਂ ਪਹਿਲਾਂ ਕਿਹੜੀ ਕੰਪਨੀ ਆਈ ਸੀ? BSNL ਨੇ ਸ਼ੁਰੂਆਤ ਕੀਤੀ ਸੀ ਇੰਟਰਨੈਟ ਦੀ। ਏ ਫੁੱਲ ਫਾਰਮ ਦੇ ਜਨਰਲ ਲੋਸ ਦੀ VSNL ਦੀ ਕੀ ਹੈ ਵਿਦੇਸ਼ ਸੰਚਾਰ ਨਿਗਮ ਲਿਮਟਿਡ ਇਸ ਦੀ ਫੁੱਲ ਫਾਰਮ ਹੈ ਕੁਐਸਚਨ ਨੰਬਰ ਸੈੱਟ ਦੀ ਗੱਲ ਕਰੀਏ ਪਹਿਲਾ ਪੇਜ ਜਿਹੜਾ ਕਿਸੇ ਵੈੱਬਸਾਈਟ ਤੇ ਪਹੁੰਚਣ ਵਾਸਤੇ ਪ੍ਰਗਟ ਹੁੰਦਾ ਉਸ ਨੂੰ ਕੀ ਕਹਿੰਦੇ ਨੇ ਹੋਮ ਪੇਜ ਕਹਿੰਦੇ ਨੇ ਜਦੋਂ ਆਪਾਂ ਕੋਈ ਵੀ ਬ੍ਰਾਊਜ਼ਰ ਓਨ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਕੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੋਮ ਪੇਜ ਦੇਖਣ ਨੂੰ ਮਿਲਦਾ ਠੀਕ ਹੈ ਕੁਐਸਚਨ ਨੰਬਰ 661 ਦੀ ਗੱਲ ਕਰ ਲਈਏ ਸਾਰੇ ਸ਼ਬਦਾਂ ਵਿੱਚ ਨੈੱਟਵਰਕ ਦਾ ਨੈੱਟਵਰਕ ਡੈਸ਼ ਕਿਹਾ ਜਾਂਦਾ ਤਾਂ ਇੰਟਰਨੈਟ ਨੂੰ ਹੀ ਨੈੱਟਵਰਕ ਦਾ ਨੈੱਟਵਰਕ ਕਿਹਾ ਜਾਂਦਾ ਨੈੱਟਵਰ ਕਵੈਸਚਨ ਨੰਬਰ 12 ਦੀ ਗੱਲ ਕਰੀ ਇੰਟਰਨੈਟ ਦੀ ਖੋਜ ਕਦੋਂ ਹੋਈ ਸੀ ਆਲ ਵਰਲਡ ਦੀ ਗੱਲ ਨਾਲ ਹੋ ਰਹੀ ਹੈ ਤੇ ਇੰਟਰਨੈਟ ਦੀ ਖੋਜ 1970 ਵਿੱਚ ਹੋਈ ਸੀ ਤੇ ਆਪਣੇ ਕੋਲ 1995 ਵਿੱਚ ਆਇਆ ਸੀ ਭਾਰਤ ਕੋਲ ਤੇ USEN ਇਸ ਦੀ ਖੋਜ ਕੀਤੀ ਸੀ ਕੁਐਸਚਨ ਨੰਬਰ 63 ਦੀ ਗੱਲ ਕਰੀ ARPANET ਦਾ ਪੂਰਾ ਨਾਮ ਕੀ ਹੈ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਇਹ ਪਹਿਲਾ ਨੈਟਵਰਕ ਸੀ ਯਾਦ ਰੱਖਿਓ ਤੇ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ARPANET ਦੀ ਫੁੱਲ ਫਾਰਮ ਹੈ ਠੀਕ ਹੈ ਕੁਐਸਚਨ ਨੰਬਰ 64 ਦੀ ਗੱਲ ਕਰੀ ARPANET ਵਿੱਚ ਕਿਹੜਾ ਪ੍ਰੋਟੋਕੋਲ ਵਰਤਿਆ ਜਾਂਦਾ ਹੈ ਤਾਂ TCP आईपी प्रोटोकॉल यूज होंद टी सी प्रोटोकॉल का पूरा नाम क्या है ट्रांसमिशन कंट्रोल प्रोटोकॉल कहा जाता है ठीक जा, है क्वेश्चन नंबर सिक्सटी सिक्स की गल करिए संगठन की वैबसाइट द डॉट कॉम हिस्सा दर्शाता कमरशियल है ज नॉर्मल है ज प्राइवेट ठीक है डॉट कॉम का जो पिछे होंगे ना अपने जी भी वैबसाइट का पेज लगा लो उसका एड्रस हों उस पिछले डॉट कॉम हों उसको पता लगता है कि यह कमरशियल है ज ਪ੍ਰਾਈਵੇਟ ਠੀਕ ਹੈ ਕੁਐਸਚਨ ਨੰਬਰ 67 ਦੀ ਗੱਲ ਕਰੀਏ ਇੱਕ .org ਦੀ ਵੈਬਸਾਈਟ ਲਿਖਿਆ ਹੋਵੇ ਇਹ ਕੀ ਦਰਸਾਉਂਦਾ ਇਹ ਕਿਸੇ ਆਰਗੇਨਾਈਜੇਸ਼ਨ ਦੀ ਵੈਬਸਾਈਟ ਹੁੰਦੀ ਹੈ ਉਸ ਤੇ ਉਸ ਦੇ ਪਿੱਛੇ ਲਿਖਿਆ ਹੁੰਦਾ ਠੀਕ ਹੈ ਕੁਐਸਚਨ ਨੰਬਰ 68 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਇੱਕ ਸਰਚ ਇੰਜਨ ਨਹੀਂ ਹੈ Google ਤੇ Science Science Direct ਹਾਂ ਇਹ ਹੀ ਨਹੀਂ ਹੈ ਠੀਕ ਹੈ ਬਾਕੀ ਸਾਰੇ ਇਹ ਔਰ ਕੁਟ ਵੀ ਸਰਚ ਇੰਜਨ ਹੈ ਤੇ ਵੈਬਸਾਈਟ ਵੀ ਹੈ ਠੀਕ ਹੈ ਜਿਹੜਾ Science Direct ਹੈ ਇਹ ਹੀ ਨਹੀਂ ਹੈ ਠੀਕ ਹੈ ਕਵੈਸਚਨ ਨੰਬਰ 69 ਦੀ ਗੱਲ ਕਰੀਏ ਅਸੀਂ ਸਿਰਫ ਟੈਕਸਟ ਦੇ ਸੰਬੰਧਿਤ ਖੋਜ ਕਰ ਸਕਦੇ ਹਾਂ ਅਸੀਂ ਸਿਰਫ ਟੈਕਸਟ ਦੇ ਤੇ ਸੰਬੰਧਿਤ ਖੋਜ ਕਰ ਸਕਦੇ ਹਾਂ ਕਿਹਦੇ ਵਿੱਚ ਕਰ ਸਕਦੇ ਹਾਂ ਲੀਨਕਸ ਵਿੱਚ ਇਹ ਇੱਕ ਸੌਫਟਵੇਅਰ ਹੈ ਲੀਨਕਸ ਯਾਦ ਰੱਖਿਓ ਕਵੈਸਚਨ ਨੰਬਰ 70 ਦੀ ਗੱਲ ਕਰੀਏ ਉन्नत ਖੋਜ ਪ੍ਰੋਜੈਕਟ ਦੀ ਏਜੰਸੀ ਯਾਨੀ ਆਰਪਨੈਟ ਠੀਕ ਹੈ ਆਰਪਨੈਟ ਦੀ ਫੁੱਲ ਫਾਰਮ ਪੰਜਾਬੀ ਵਿੱਚ ਇਹ ਹੈ ਫੇਟਲਿਗ ਵਿੱਚ ਕਿਹੜਾ ਇੰਟਰਨੈਟ ਵਿਕਾਸ ਲਈ ਜ਼ਿੰਮੇਵਾਰਤਾ ਆਰਪਨੈਟ ਸਭ ਤੋਂ ਪਹਿਲਾ ਨੈਟਵਰਕ ਸੀ ਤਾਂ ਇੰਟਰਨੈਟ ਜਦੋਂ ਆਇਆ ਸੀ ਤਾਂ ਉਸ ਤੋਂ ਬਾਅਦ ਆਰਪਨੈਟ ਇੱਕ ਪਹਿਲਾ ਜਿਹੜਾ ਨੈਟਵਰਕ ਆ ਗਿਆ ਆਰਪਨੈਟ ਠੀਕ ਹੈ ਉਸ ਤੋਂ ਬਾਅਦ ਇੰਟਰਨੈਟ ਜਿਆਦਾ ਵਾਇਰਲ ਹੋ ਗਿਆ ਠੀਕ ਹੈ ਕੁਐਸਚਨ ਨੰਬਰ 71 ਦੀ ਗੱਲ ਕਰੀਏ ਵੈਬ ਦੀ ਖੋਜ ਡੈਸ਼ ਦੇਸ ਨੇ ਕੀਤੀ ਸੀ ਤਾਂ ਅਮਰੀਕਾ ਨੇ ਕੀਤੀ ਸੀ ਮੋਸਟਲੀ ਇੰਟਰਨੈਟ ਦੇ ਰਿਗਾਰਡਿੰਗ ਖੋਜਾਂ ਹੋਣੀਆਂ ਉਹ ਅਮਰੀਕਾ ਦੀ ਹੀ ਹੋਣਗੀਆਂ ਓਕੇ ਕੁਐਸਚਨ ਨੰਬਰ 72 ਦੀ ਗੱਲ ਕਰੀਏ ਜੇ ਇੱਕ ਡੋਮੇਨ ਨਾਮ ਦੇ ਅੰਤ ਵਿੱਚ .edu.us ਹੁੰਦਾ ਹੈ ਤਾਂ ਕਿ ਇਹ ਐਨ ਐਜੂਕੇਸ਼ਨ ਇੰਸਟੀਚਿਊਟ ਆਫ ਯੂ ਐਸ ਏ ਠੀਕ ਹੈ ਕੁਐਸਚਨ ਨੰਬਰ 77 ਦੀ ਗੱਲ ਕਰੀਏ ਵਾਟ ਇਜ਼